ਅਸਲਾਮ ਵਾਲੇਕੁਮ, ਕੀ ਹਾਲ ਵੀਰੋ? ਠੀਕ ਹੋ? ਉਮੀਦ ਕਰਦੇ ਹਾਂ ਸਾਰੇ ਠੀਕ ਹੋਣਗੇ। ਅਤੇ ਅੱਜ ਦਾ ਵਲੋਗ ਆਪਾਂ ਕਰਦੇ ਹਾਂ ਨਵਾਂ ਸਟਾਰਟ। ਅੱਜ ਜਿਹੜਾ ਇੱਕ ਬਹੁਤ ਹੀ ਸਪੈਸ਼ਲ ਕੰਮ ਹੋਣ ਜਾ ਰਿਹਾ, ਮੈਂ ਕਿਹਾ ਤੁਹਾਨੂੰ ਦਿਖਾ ਦਈਏ। ਆਹ ਸਾਡਾ 135 ਟਰੈਕਟਰ ਆ, ਜਿਹਨੂੰ ਸਾਰੇ ਗੱਲਾਂ ਕਰਦੇ ਆ, ਭਾਅ ਜੀ ਇਹਨੂੰ ਬਦਲ ਲਓ ਟਰੈਕਟਰ, ਵੱਡਾ ਲੈ ਲਓ, ਇੰਝ ਕਰ ਲਓ। ਇਹਦੇ ਮਗਰਾੜ 'ਤੇ ਸੀ, ਪੁਆ 'ਤੇ ਸੀ, ਅਤੇ ਇਹ ਜਗ੍ਹਾ ਜਗ੍ਹਾ ਫਸ ਜਾਂਦਾ ਸੀ। ਜਦੋਂ ਪੱਠੇ ਲੈਣ ਜਾਈਦਾ ਸੀ ਅਤੇ ਗੋਹਾ ਲੱਤੀ ਦਾ ਸੀ, ਫਿਰ ਅਸੀਂ ਸੋਚਿਆ ਕਿ ਇਹਦੇ 'ਤੇ ਥੋੜ੍ਹੇ ਜਿਹੇ ਪੈਸੇ ਲਾ ਦਈਏ ਤਾਂ ਕਿ ਫਸੇ ਤਾਂ ਨਾ। ਇਹਦੇ ਹੁਣ ਪੁਆਉਣ ਲੱਗੇ ਆਪਾਂ ਟਾਇਰ। ਪਹਿਲਾਂ ਤਕਰੀਬਨ ਇਹਦੇ 'ਤੇ ਕੋਈ 1.5 ਲੱਖ ਰੁਪਈਆ ਲੱਗ ਕੇ ਦਾ ਕੰਮ ਕੁੰਮ ਕਰਾਇਆ, ਹਾਂਡੇ ਨੂੰ ਨੱਕਾ ਛਿੱਕਾ ਲੱਗਣ ਵਾਲਾ ਸੀ, ਬਥੇਰਾ ਕੰਮ ਹੋਣ ਵਾਲਾ ਸੀ, ਮਗਰਾਟ ਪੈਣ ਵਾਲੇ ਸੀ, ਤੇਲ ਬਦਲਣ ਵਾਲਾ ਸੀ, ਅਗਲਾ ਪਿਛਲਾ ਸਭ ਕੁਛ ਬਦਲਿਆ। ਫਿਰ ਰਹਿ ਗਏ ਤੇ ਟਾਇਰ ਲਿਆਉਂਦੇ ਨੇ ਇਹਦੇ ਪੂਰੇ ਹੁਣ ਚੋਕੜਾ ਟਾਇਰਾਂ ਦਾ 1.5 ਲੱਖ ਰੁਪਏ ਦਾ ਆਇਆ। ਟਰਾਲੀ ਦੇ ਟਾਇਰ ਵੀ ਆਪਣੇ ਕਸੇ ਸੀ, ਅੱਗੋਂ ਤੂੜੀ 'ਚ ਚਲਾਉਣੀ ਸੀ ਮਸ਼ੀਨ 'ਤੇ, ਅਸੀਂ ਕਿਹਾ ਖਰਾਬ ਕਰੇਗੀ, ਫਿਰ ਅਸੀਂ ਕੀ ਕੀਤਾ ਟਾਇਰ ਲੈਣ ਦੇ। ਆਹ ਟਾਇਰ ਇਹਦੇ ਅਤੇ ਉਹ ਟਾਇਰ ਟਰੈਕਟਰ ਦੇ। ਅੱਜ ਇਹਨੂੰ ਨਵੇਂ ਬੂਟ ਪਵਾਉਣ ਲੱਗੇ ਹਾਂ, ਪੂਰਾ ਵਲੋਗ ਲਾਜ਼ਮੀ ਦੇਖਣਾ, ਇਨਸ਼ਾਅੱਲਾ ਮਜ਼ਾ ਆਏਗਾ। ਠੀਕ ਹੈ, ਜੁੜੇ ਰਹਿਣਾ। ਲਓ ਜੀ, ਪਹੁੰਚ ਆਏ ਆਪਾਂ ਦੁਕਾਨ 'ਤੇ ਅਤੇ ਹੁਣ ਲਾਈਏ ਇੱਥੋਂ ਟਾਇਰ। ਚਲੋ ਭਾਅ ਜੀ, ਆ ਗਰੀਸ ਵੀ ਦੇਣੀ, ਠੀਕ ਹੈ। ਆ ਟਾਇਰ ਚੰਗੇ ਨੇ ਟਰਾਲੀ ਦੇ? 65,000 ਦੇ ਆਏ। ਹਾਂ, ਚੱਲਦੇ ਲਏ ਨੇ, ਧਾਗੇ ਦੇ ਟੱਕ ਟੁੱਕ ਕੋਈ ਨਹੀਂ ਆ। ਹਾਂ, ਬਣੇ ਤਾਂ ਨਹੀਂ ਨਾ, ਇਹ ਇੱਕ ਟੋਕਾ ਹੈ ਨੀ। ਟਰਾਲੀ ਦੇ ਦੋਵੇਂ ਟਾਇਰ ਜਿਹੜੇ ਨੇ ਉਹ ਵੀ ਪੈ ਜਾਣਗੇ, ਕਿਉਂਕਿ ਸੀਜ਼ਨ ਲਾਣਾ ਨਾ ਤੇ ਤੂੜੀ ਦਾ, ਫਿਰ ਉਹਦੇ ਵਿੱਚ ਤੰਗ ਕਰਦੀ, ਪੈਂਚਰ ਹੋਈ ਤੇ ਸਾਰੀ ਦਿਹਾੜੀ ਲਾਇਆ ਜਾਂਦੀ। ਕਿਉਂ ਉਸਤਾਦ? ਹਾਂ, ਇਹ ਚੋਕੜਾ ਟਾਇਰਾਂ ਦਾ ਜਿਹੜਾ ਟਰੈਕਟਰ ਦਾ ਸਰਵਿਸ ਦੇਣੇ ਚੰਗੇ ਨੇ। ਲਿਆ ਵੱਡੇ ਵੀ, ਆ ਛੋਟੇ ਗਰੀਸ ਫੜ ਕੇ ਰੱਖੋ ਉਧਰ ਪਰਾ। ਲਿਆ ਲਿਆ, ਨਵੇਂ ਬੂਟ ਪੈ ਗਏ ਤੇ ਹੀਰੋ ਲੱਗੇਗਾ ਟਰੈਕਟਰ। ਆਹ ਲੈ ਟਾਇਰ ਵੇਖੋ, ਖਤਮ ਹੋਏ ਪਏ ਤੇ ਆਹ ਜਿਹੜੇ ਨੇ, ਆਹ ਵੇਖੋ, ਅੱਜ ਇਹਦੀ ਆਕੜ ਨਹੀਂ ਚੱਲ ਹੋਣੀ। ਕਿੰਨਾ ਕੁ ਟਾਈਮ ਲੱਗੇਗਾ ਉਸਤਾਦ ਪੈਣ ਚ? 2 ਘੰਟੇ ਲੱਗ ਜਾ। ਚਲੋ ਠੀਕ। ਹਾਂਜੀ, ਤੇ ਤੁਹਾਨੂੰ ਦਿਖਾਵਾ, ਦੇਖੋ ਸਾਡੇ ਟਰੈਕਟਰ ਦੇ ਟਾਇਰ ਜਿਹੜੇ ਗਏ ਨੇ ਪੈ, ਹੁਣ ਲੱਗਦਾ ਨਾ ਮੁੰਡਾ ਖੁੰਡਾ ਸਰਵਿਸ ਦੇ। ਚਲੋ, ਹੁਣ ਇਹਦਾ ਫਸਣ ਪਸਾਣ ਬੰਦ ਹੋ ਜਾਏਗਾ, ਢਿੱਲ ਮਾਰੇਗਾ ਚੰਗਾ, ਨਾਲੇ ਟਰਾਲੀ ਦੇ ਵੀ ਟਾਇਰ ਪੈ ਗਏ ਨੇ, ਸੀਜ਼ਨ 'ਚ ਫਸੇ ਫੁਸੇ ਗਈ, ਪੈਂਚਰ ਨਹੀਂ ਹੋਏਗੀ। 10 ਸਾਲ ਦੀ ਉਮਰ ਵੱਧ ਜਾਏਗੀ, ਹੁਣ ਉਂਝ ਵੀ ਸੋਹਣਾ ਲੱਗਦਾ ਨਾ, ਰੁਪਈਆ ਦੇ ਤਾਂ ਤਕਰੀਬਨ 4 ਲੱਖ ਲੱਗ ਗਿਆ, ਮਗਰਾਟਾਂ ਮਗਰੂਟਾਂ 'ਤੇ ਕੰਮ ਸਾਰਾ ਕਰਾਇਆ, ਟਾਇਰ ਪਵਾਏ। ਅਤੇ ਜਦੋਂ ਲਿਆ ਸੀ ਨਾ ਉਦੋਂ 1,35,000 ਦਾ ਇਹ ਆਇਆ ਸੀ। ਚਲੋ ਕੋਈ ਨਹੀਂ, ਗੱਲ ਸਾਰੀ ਜ਼ਿੰਦਗੀ ਆਪਾਂ ਇਹਦੇ ਨਾਲ ਕੰਮ ਹੈ, ਪੱਠੇ ਢੋਣੇ ਨੇ। ਹਾਂ, ਅਤੇ ਹੁਣ ਆਪਾਂ ਚੱਲਦੇ ਹਾਂ ਡੇਰੇ 'ਤੇ ਇਹਨੂੰ ਲੈ ਕੇ, ਅਤੇ ਉੱਥੇ ਜਾ ਕੇ ਜਿਹੜਾ ਕੰਮ ਸ਼ਾਮੇ ਉਹ ਕਰਦੇ ਹਾਂ, ਮਾਲ ਮੂਲ ਆਪਣੇ ਪੱਠੇ ਛੱਠੇ ਪਾਉਂਦੇ ਹਾਂ। ਚਲੋ
ਲੋ ਜੀ ਪੱਠੇ ਆਪਣੇ ਪੈ ਗਏ ਨੇ, ਦੋਵੇਂ ਖੁਰਲੀਆਂ ਭਰਤੀਆਂ, ਪਰਲੀ ਵੀ ਤੇ ਆ ਵੀ ਹੁਣ ਆਪਾਂ ਲਿਆ ਕੇ ਛੱਡਣੀਆਂ ਮੱਝਾਂ ਇੱਥੇ। ਪੱਠੇ ਜਿਹੜੇ ਨੇ ਉਹ ਹਰੇ ਥੋੜ੍ਹਾ ਜਿਹਾ ਘੱਟ ਗਏ ਨੇ, ਤੂੜੀ ਪੈਂਦੀ ਆ, ਫਿਰ ਵੀ ਜਿਹੜਾ ਤੂੜੀ ਵਾਲਾ ਪੱਠਾ ਸਭ ਤੋਂ ਵਧੀਆ। ਜਾਨੀ ਲਿਆ ਛੱਡੀਆ ਮੱਝਾਂ, ਵੇਖ ਲੈ ਇਹਨੂੰ ਮੱਝਾਂ ਚੋਣ ਦਾ ਪਤਾ ਨਹੀਂ ਲੱਗਦਾ ਕਿਹੜੀ ਕਿਹੜੀ ਚੋਣੀ ਹੈ, ਤੇ ਹੁਣ ਤੁਰਦਾ ਵੇ ਸੰਜੇ ਦਾ ਤਰ ਹੈਂਡ ਫਰੀ ਲਾ ਕੇ। ਹੈ ਅੱਗੋ ਮੈਂ ਕਿਹਾ ਤੇ ਕਹਿੰਦਾ ਤੈਨੂੰ ਨੀ ਪਤਾ ਕਿ ਪੋਲੀ ਭੁੱਲ ਜਾਂਦੇ ਨੇ, ਸਾਨੂੰ ਕੰਮ ਤੇ ਕਿਉਂ ਰੱਖਿਆ। ਲੋ ਜੀ ਇਹਨਾਂ ਨੂੰ ਨਵਾ ਕੇ ਹੁਣ ਵਾੜਨ ਲੱਗਿਆ ਉਧਰ ਵਾੜੇ ਚ, ਆ ਮੱਝਾਂ ਵਿੱਚ ਕੁਛ ਨਵੀਆਂ ਨੇ ਜਿਹਦੇ ਕਰਕੇ ਆਇਆ ਆਇਆ ਤੂੰ ਵੀ ਵਿੱਚ ਆਇਆ। ਅੱਛਾ ਚੱਲ ਉਹ ਦੂਸਰੀ ਆਪਾਂ ਮੱਝਾਂ ਨਵਾਉਂਦੇ ਨਾ ਉਹ ਵਾੜੇ ਵਾਲੀਆਂ, ਤੇ ਫਿਰ ਤੂੰ ਵੀ ਨਾਲ ਨਵਾਉਣੀਆਂ। ਠੀਕ ਏ ਠੀਕ ਏ, ਹਾਂ ਲਿਆ ਲਿਆ ਕੱਢ ਕੇ ਉਹ ਜਿਹੜੀ ਬੈਠੀ ਉਹਨੂੰ ਵੀ ਲਿਆ। ਲੋ ਜੀ ਅੱਗੇ ਨਵਾ ਤੀਆਂ ਦੂਸਰੀਆਂ, ਤੇ ਹੁਣ ਆਪਾਂ ਨਵਾ ਦਈਏ ਇਹਨਾਂ ਨੂੰ। ਛੇ 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 ਨੀਦੂ ਏ ਅਗਾਈ ਉੱਥੇ ਜੈਕ ਕੀ ਕਰਦਾ, ਚਲੋ 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 ਉਹ ਤੁਰੀ ਚਲੋ ਕੀ ਜੇ ਨਾ ਲੋ ਗਾ। ਚੱਲ ਚੱਲ ਕਰਮਾ ਲਈਏ ਚੱਲ, ਇੱਥੇ ਪਹਾੜੇ ਤੇ ਖਲੋ ਜਾਂਦੀਆਂ ਜੇ ਚੱਲ ਗਾ ਚੱਲ। ਜੈਨੀ ਸਾਹਿਬ ਜੈਨੀ ਸਪੀਡ ਮਾਰ ਲਾ, ਅੱਜ ਨੀ ਨੱਚਦਾ। ਅੱਛਾ
ਚੱਲ 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 ਨਹੀਂ ਪਾਣੀ ਅੰਦਰ ਹੋਦੀ ਚ ਸਾਫ਼ ਹੈ ਉਹ ਪੀਂਦੀਆਂ ਵੀ ਸਾਫ਼ ਹੈ ਥੱਲੇ ਗਾਹ ਵੀ ਇਸ ਕਰਕੇ ਗੰਦਾ ਲੱਗਦਾ ਹੈ ਚੱਲਦਾ ਹੈ ਜਦੋਂ ਪਾਣੀ ਪੂਣੀ ਲਾਏ ਉਦੋਂ ਭਰ ਦੇਈਦਾ ਚੱਲ ਹਾਨੀ ਉੱਥੇ ਗਾ ਯਾ ਨਿਧੂ ਅਸੀਂ ਬੜੀ ਲਾਲ ਸ਼ਰਟ ਪਾਈ ਹੈ ਤੂੰ ਉਂਝ ਹੀ ਬੜਾ ਸੋਹਣਾ ਮੇਰਾ ਪੁੱਤਰ ਸਹੀ ਗੱਲ ਏ ਹਾਂ ਕਰੀਮ ਮੁੱਕ ਗਈ ਆ ਕਿ ਆਈ ਹਲੇ ਅੱਛਾ ਕਿਹੜੀ ਲਾਨਾ ਗੋਲਡ ਲੋ ਜੀ ਨਾਲੀਆਂ ਇੱਕ ਨੀ ਨਾਂਦੀ ਆ ਤੈਨੂੰ ਕੀ ਹੈ ਭਾਈ ਭਾਈ ਅੰਦਰ ਜਾਂਦੀ ਏ ਤੇਰਾ ਡਰ ਹੀ ਨੀ ਲੈਂਦਾ ਹਮਜ਼ਾ ਆ ਗਿਆ ਅੱਗੇ ਚਲੋ ਜੀ ਨਹਾ ਲਈਆਂ ਜਾ ਕੇ ਸਕੂਨ ਨਾਲ ਪੱਠੇ ਖਾਣਗੀਆਂ ਰਾਤੀ ਵਾਪਸ ਲਿਆਵਾਂਗੇ 10 ਵਜੇ ਇੱਧਰ ਮੈਂ ਚੈੱਕ ਕਰੋ ਮਾਸ਼ਾਅੱਲਾ ਗੱਬਨ ਆ ਚੰਗਾ ਚੜਾ ਪੁੱਠਾ ਉੱਤੋਂ ਆ ਜੀ ਆਪਣਾ ਮਾਲ ਹੈ ਮਾਸ਼ਾਅੱਲਾ ਪੱਠੇ ਖਾ ਰਿਹਾ ਖੁਸ਼ ਹੋ ਕੇ ਰੱਜ ਕੇ ਗਈ ਬੈਠੀ ਹਾਂ ਅਤੇ ਆਹ ਮੱਝ ਆਪਾਂ ਲਿਆਉਂਦੀ ਆ ਕੱਲ੍ਹ ਇਹ ਹੱਸਦੀ ਰਹਿੰਦੀ ਆ ਹੱਸ ਮੁੱਖ ਆ ਵੇਖੋ ਦਾਂਦੇ ਦੇ ਹੈਗਾ ਨੂੰ ਮਾਸ਼ਾਅੱਲਾ ਆਪਣੇ ਕੋਲ 70 ਮੱਝਾਂ ਹੋ ਗਈਆਂ ਇੱਕ ਘੱਟ 70 ਅਤੇ ਇਹ ਵੀ ਖੁਸ਼ ਨੇ ਅਸੀਂ ਵੀ ਖੁਸ਼ ਹਾਂ ਇਹਨਾਂ ਨੂੰ ਵੇਖ ਵੇਖ ਕੇ ਹੀ ਅਸੀਂ ਖੁਸ਼ ਹਾਂ ਇਹਨਾਂ ਦੇ ਸਿਰੋਂ ਬੜੇ ਸੁਪਨੇ ਪੂਰੇ ਕਰਨੇ ਆ ਆਪਾਂ ਲਓ ਜੀ ਅੱਜ ਇੱਕ ਗੱਲ ਸੱਚੀ ਹੋ ਗਈ ਕਦੇ ਸੁਣਿਆ ਹੀ ਸੀ ਕਿ ਬਾਬੇ ਬਗੈਰ ਬੱਕਰੀਆਂ ਨਹੀਂ ਚੜਦੀਆਂ ਅਤੇ ਪਤਾ ਵੀ ਲੱਗ ਗਿਆ ਇਹਨਾਂ ਸਾਡੇ ਚੌਧਰੀਆਂ ਦੇ ਕੰਮ ਵੇਖ ਲਓ ਮੈਂ ਤਾਂ ਭਾਅ ਫੈਸਲ ਕਰ ਲੱਗਿਆ ਸੀ ਕਿਤੇ ਕੰਮ ਸ਼ਾਮੀ ਇਹਨਾਂ ਮੱਝਾਂ ਦੀ ਚੁਆਈ ਕੀਤੀ ਆ ਤਰਿਆ ਮੱਝਾਂ ਹੀ ਨਹੀਂ ਸੀ ਚੁਆਈਆਂ ਇੱਕ ਆ ਇੱਕ ਆ ਇੱਕ ਆ ਉਸਤਾਦ ਜੀ ਹੈਲੋ ਕੀ ਹੈਂਡ ਫਰੀ ਕੀ ਤੇਰੀ ਹੈਂਡ ਫਰੀ ਭੰਨਾ ਹੁਣ ਮੈਂ ਕੁਛ ਨਹੀਂ ਹੋਇਆ ਮੱਝ ਦੇ ਥਣਾਂ 'ਚ ਧਾਰਾਂ ਵੇਖੋ ਕਿਵੇਂ ਆਕੜੀ ਪਈ ਏ ਅਖੇ ਕੁਛ ਨਹੀਂ ਹੋਇਆ ਇਹ ਇੰਜ ਮੇਰਾ ਪੁੱਤਰ ਥਣ ਖਰਾਬ ਹੋ ਜਾਂਦੇ ਨੇ ਹਾਨੀ ਸਾਹਿਬ ਤੁਸੀਂ ਤਾਂ ਸਿਆਣੇ ਪਿਆਣੇ ਜੇ ਵੇਖੀ ਮੈਂ ਤੈਨੂੰ ਦੱਸਦਾ ਜੀ ਕਿੰਨੀਆਂ ਮਿਲਦੀਆਂ ਜੇ ਥਣ ਖਰਾਬ ਹੋ ਗਿਆ ਨਾ ਤੇ ਫੇਰ ਵੇਖੀ ਮੈਂ ਤੈਨੂੰ ਦੱਸਦਾ ਤੈਨੂੰ ਪਤਾ ਹੀ ਨੀ ਲੱਗਦਾ ਤੈਨੂੰ ਇੰਨੀ ਵਾਰੀ ਦੱਸਿਆ ਮੈਂ ਨੰਬਰ ਲਾ ਕੇ ਦੇ ਮੱਝ ਦੀਆਂ ਅਖੇ ਸ਼ਕਲਾਂ ਭੁੱਲ ਜਾਂਦੀਆਂ ਸਾਨੂੰ ਨੀ ਪਤਾ ਲੱਗਦਾ ਨੰਬਰ ਲੱਗੇ ਨੇ ਟੈਗ ਸਾਰੇ ਲਿਖ ਲੈਣਗੇ ਆਲੀ ਆਲੀ ਚੋਣੀ ਹੈ ਤੇ ਉਹਦੇ ਅੱਗੇ ਟਿੱਕ ਮਾਰੀ ਜਾਣਗੇ ਪੈਨਸਲ ਨਾਲ ਇਹ ਵੀ ਚੋਈ ਗਈ ਹੈ ਇਹ ਵੀ ਚੋਈ ਗਈ ਹੈ ਇਹਨੂੰ ਮੈਂ ਚੋਨਾ ਨਾਲ ਦੀ ਚੋ ਚੱਲ ਨਹੀਂ ਜੈਨੀ ਤੈਨੂੰ ਜ਼ਰਾ ਪਤਾ ਨਹੀਂ ਲੱਗਾ ਕਿ ਮੱਝ ਚੋਣ ਵਾਲੀ ਹੈ ਯਾਰ ਫਿਰ ਨਹੀਂ ਪਤਾ ਲੱਗਦਾ ਕਿਉਂ ਨਹੀਂ ਲੱਗਾ ਨਹੀਂ ਤੁਹਾਨੂੰ ਕਿਹਨੇ ਕਿਹਾ ਪੋਲੀਅਨ ਕੰਮ ਦੇ ਹੱਕ ਕਿਹਦੀ ਬੰਦਾ ਪੋਲ ਵੀ ਜਾਂਦਾ ਹੀ ਹੈ ਨਹੀਂ ਇਹਦੇ ਚ ਪੋਲੀ ਵਾਲੀ ਕਿਹੜੀ ਗੱਲ ਹੈ ਕਿ ਪੋਲੀਆਂ ਨੂੰ ਕੰਮ ਤੇ ਰੱਖੋ ਪੋਲੀ ਪੋਲ ਜਾਂਦੇ ਆ
ਸੋਹਣਾ ਤੈਨੂੰ ਕਿੰਨੇ ਗਹਿਰਾ ਕੰਮ ਤੇ ਯਾਰ ਜੈਨੀ ਇਹ ਗੱਲ ਤੇ ਤੂੰ ਗਲਤ ਕਰਦਾ ਪਿਆ ਇਹ ਗਲਤ ਹੈ ਤੇ ਹੋਰ ਇਹ ਨਹੀਂ ਗਲਤ ਹੈ ਹਾਂ ਤੈਨੂੰ ਮੈਂ ਇੱਕ ਜ਼ਿੰਮੇਵਾਰ ਬੰਦਾ ਸਮਝ ਕੇ ਇੱਥੇ ਛੱਡ ਕੇ ਗਿਆ ਕਿ ਮੈਂ ਚੱਲਾਂ ਯਾਰ ਮੈਂ ਜ਼ਿੰਮੇਵਾਰੀ ਕੀਤੀ ਨਹੀਂ ਪੂਰੀ ਆ ਕੀ ਜ਼ਿੰਮੇਵਾਰੀ ਹੁਣ 2,20,000 ਦੀ ਮੱਝ ਆਈ ਉਹਦਾ ਥਨ ਖਰਾਬ ਹੋ ਜਾਂਦਾ ਫੇਰ ਨਹੀਂ ਹੁੰਦੇ ਵੇਖ ਮਾਸ਼ਾਅੱਲਾ ਚੰਗੇ ਭਲੇ ਨਹੀਂ ਆ ਗਏ ਚੰਗੇ ਭਲੇ ਨੇ ਪਰ ਅੱਗੋਂ ਨਹੀਂ ਮੈਂ ਇੰਜ ਕਰਨਾ ਤੇ ਤੂੰ ਨੰਬਰ ਲਾ ਨਾ ਤੂੰ ਨੰਬਰ ਨਾ ਲਾ ਮੈਂ ਕਰਾਂ ਨਵੀਆਂ ਨੂੰ ਨੰਬਰ ਲਾਈਏ ਹਾਂ ਹਾਂ ਇਹ ਨਵੀਂ ਲਿਆ ਉਹਨੂੰ ਨੰਬਰ ਲਾ ਤਾਂ ਕਿ ਤੇਰੇ ਚੇਤੇ ਰਵੇ ਹਾਂ ਫਿਰ ਨੰਬਰ ਮੈਂ ਉੱਤੇ ਕਾਪੀ ਲਾ ਕੇ ਲਿਖ ਲਵਾਂ ਇਹ ਨੂੰ ਯਾਦ ਰਵੇ ਲੋ ਜੀ ਵੇਖ ਸਕਦੇ ਹੋ ਤੁਸੀਂ ਮੱਝ ਚੋਈਏ ਨੌ ਸਿਰ ਦਾ ਗੜਵਾ ਦੁੱਧ ਦਾ ਗੜਵਾ ਬੋੜਦਾ ਮੱਝ ਤੇ ਇਹਨੇ ਕੰਮ ਇਹ ਕਹਿ ਕੇ ਗੱਲ ਮੁਕਾਤੀ ਹੈ ਕਿ ਤੈਨੂੰ ਕਿਹਨੇ ਕਿਹਾ ਪੋਲੀਆਂ ਨੂੰ ਕੰਮ ਤੇ ਰੱਖ ਦੇਖੋ ਮੱਝ ਆਪਣਾ ਬਹਾਨਾ ਸਾਰਾ ਨਿਚੋੜ ਗਈ ਕਿਵੇਂ ਤੜੀ ਪਾ ਯਾਰ ਦੁੱਧ ਲੋ ਜੀ ਆਪਣਾ ਦੁੱਧ ਹੀ ਆ ਗਿਆ ਦੁੱਧ ਲੈਣ ਚਲੋ ਦੁੱਧੀ ਸਾਹਿਬ ਆਇਓ ਅੱਜ ਕੱਲ੍ਹ ਬੜੀ ਲੇਟ ਹੋਣ ਲੱਗ ਗਿਆ ਦੁੱਧ ਕਿੰਨਾ ਇਕੱਠਾ ਕਰਦਾ ਸ਼ਾਮ ਨੂੰ ਰੌਣਕ ਲੱਗੀ ਆ ਚਲੋ ਅੱਲਾ ਪਾਕ ਸ਼ੁਕਰ ਰੱਖੇ ਆ ਬੱਕਰੀ ਵੀ ਚੋ ਕੇ ਪਾ ਦਈਏ ਚੱਲ ਚੱਲ ਸਪੀਡ ਮਾਰ ਦਸ ਹੋ ਗਏ ਲੋਦੇ ਲੋਦੇ ਕਿੰਨਾ ਹੋ ਗਿਆ 20 ਹੋ ਗਿਆ ਵਾਹ ਮੋਜਾਂ ਲੱਗੀਆਂ ਐਨਕਾਂ ਲਾ ਕੇ ਹੈ ਕੀ ਕਰਨੀ ਹੈ ਚੱਲ ਲਾਈਆ ਇੱਥੇ ਕਿਤੇ ਪਈ ਹੋਣੀਆਂ ਜੈਨੀ ਨੂੰ ਪੁੱਛ ਉਹਨੇ ਹੈਂਡ ਫਰੀ ਲਾਈਆ ਕੋਲ ਜਾ ਕੇ ਬੁਲਾ ਲਈ ਆਵਾਜ਼ਾਂ ਨਾ ਮਾਰੀ 21 ਕਿਲੋ ਹੋ ਗਿਆ ਚਲੋ ਠੀਕ ਆ ਰੇਟ ਕੀ 130 150 ਲੋ ਜੀ 125 ਰੁਪਏ ਤੁਹਾਡਾ ਦੁੱਧ ਦਾ ਰੇਟ ਤੇ 21 ਕਿਲੋ ਦੁੱਧ ਹੋਇਆ ਆਹ ਸਾਡੀ ਕਮਾਈ ਹੈ ਕਿਉਂ ਦੋਦੀ ਹਾਂਜੀ ਅਤੇ ਅਸੀਂ ਆਪਣਾ ਅੱਜ ਦਾ ਵਲੋਗ ਅੱਜ ਆਪਾਂ ਆਪਣੇ ਬਦਲਾਏ ਸੀ ਟਰੈਕਟਰ ਦੇ ਟਾਇਰ ਅਤੇ ਇੱਥੇ ਆ ਕੋਈ ਕੰਮ ਸ਼ੰਮ ਕੀਤਾ ਥੋੜ੍ਹਾ ਬਹੁਤ ਕਿਉਂਕਿ ਉੱਥੇ ਬੜਾ ਟਾਈਮ ਲੱਗ ਗਿਆ ਸੀ ਅਤੇ ਇਹ ਆਪਣੀ ਡੇਲੀ ਦੀ ਰੂਟੀਨ ਜਿਹੜੀ ਤੁਹਾਡੇ ਨਾਲ ਸ਼ੇਅਰ ਕਰ ਦਈ ਦੀ ਕੰਮ ਕਾਰ ਕਰਦੇ ਹਾਂ ਵੀਡੀਓ ਬਣਾ ਦਈ ਦੀ ਆ ਅਤੇ ਬਹੁਤ ਬੰਦੇ ਕਹਿੰਦੇ ਭਾਈ ਸਾਨੂੰ ਇੱਥੇ ਕਿਤੇ ਪਿੰਡ ਦਿਖਾਓ ਆਪਣਾ ਪਿੰਡ ਦਿਖਾਓ ਭਾਈ ਸਾਡਾ ਪਿੰਡ ਹੈ ਨਹੀਂ ਆਹ ਸਾਡਾ ਘਰ ਹੈ ਠੀਕ ਹੈ ਅਤੇ ਆਮੇ ਲਾਮੇ ਤੁਸੀਂ ਦੇਖ ਲਓ ਉੱਧਰ ਮੋਟਰਵੇ ਗੁਜ਼ਰਦੀ ਆ ਹੋਰ ਕਿਸੇ ਦਾ ਘਰ ਨਹੀਂ ਆ ਇੱਥੇ ਸਿਰਫ ਅਸੀਂ ਹੀ ਰਹਿੰਦੇ ਹਾਂ ਚਲੋ ਇਤਫਾਕਾ ਨਾ ਜੇ ਕਿਤੇ ਬਾਹਰ ਨਿਕਲੇ ਕਿਤੇ ਗਏ ਤਾਂ ਤੁਹਾਨੂੰ ਪਿੰਡ ਸ਼ਿੰਡ ਵੀ ਦਿਖਾਵਾਂਗੇ ਬਾਕੀ ਮੈਂ ਤਾਂ ਉਹ ਹੀ ਵਲੋਗ ਬਣਾਉਂਦਾ ਜਿਹੜਾ ਮੈਂ ਰੋਜ਼ ਆਪਣਾ ਕੰਮ ਕਰਦਾ ਵਾਂ ਉਹ ਬਣਾ ਕੇ ਪੋਸਟ ਕਰ ਦਈਦਾ ਅਤੇ ਜਿਹੜੇ ਵਹਿੰਦੇ ਨੇ ਉਹਨਾਂ ਦਾ ਥੈਂਕ ਯੂ ਲਵ ਯੂ ਹੈ ਸਾਰਿਆਂ ਨੂੰ ਆਪਣਾ ਖਿਆਲ ਰੱਖਣਾ ਅਤੇ ਚੈਨਲ ਨੂੰ ਸਬਸਕ੍ਰਾਈਬ ਲਾਜ਼ਮੀ ਕਰਨਾ ਬਹੁਤ ਬਹੁਤ ਮਿਹਰਬਾਨੀ